ਅੱਜ ਮੈਂ ਡੀਸੀ ਅੰਮ੍ਰਿਤਸਰ ਨੂੰ ਦੋ ਕੰਪਲੇਂਟਾਂ ਦੇ ਕੇ ਆਇਆ, ਇੱਕ ਮੜੀਆਂ ਦੇ ਘਪਲੇ ਦੀ ਤੇ ਇੱਕ ਨਵਜੋਤ ਸਿੰਘ ਸਿੱਧੂ ਦੇ ਪੀਏ ਦੀ ਜਾਲੀ ਫਰਮ ਦੀ ਜਿਹਦੇ ਰਾਹੀਂ ਉਹ ਠੇਕੇ ਲੈਂਦਾ ਰਿਹਾ। ਔਰ ਅੱਜ ਇਹਨਾਂ ਉਹਨਾਂ ਮੜੀਆਂ 'ਚ ਖਲੋ ਕੇ ਮੈਂ ਵੀਡੀਓ ਬਣਾਉਣ ਡਿਆ ਜਿਹਦਾ ਪੈਸਾ ਖਾਧਾ ਗਿਆ, ਜਿਹਦੇ ਬਾਰੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀਗਾ ਮੈਂ ਦੋ ਦਿਨਾਂ ਦੇ ਵਿੱਚ ਇਨਕੁਆਇਰੀ ਕਰਾਊਂਗਾ। ਨਾ ਉਹਨੇ ਆਪਣੀ ਘਰਵਾਲੀ ਦੇ ਖਿਲਾਫ ਇਨਕੁਆਇਰੀ ਬਿਠਾਈ ਤੇ ਨਾ ਹੀ ਇਹਦੀ ਉਹਨਾਂ ਨੂੰ ਅੱਜ ਤੱਕ ਫਾਈਲ ਲੱਭੀ ਆ। ਮੇਰਾ ਚੈਲੰਜ ਹੈ ਨਵਜੋਤ ਸਿੰਘ ਸਿੱਧੂ ਨੂੰ ਕਿ ਮੇਰੇ ਕੱਢੇ ਗਏ ਘਪਲਿਆਂ ਦੇ ਜੇ ਕਾਗਜ਼ ਜਾਲੀ ਹਨ ਜਾਂ ਇਹਦੇ 'ਚ ਕੋਈ ਝੂਠ ਹੈ ਤੇ ਸਿੱਧੂ ਮੇਰੇ ਉੱਤੇ 420 ਦਾ ਪਰਚਾ ਦਰਜ ਕਰਾਵੇ। ਮੈਡਮ ਜੀ ਕਹਿੰਦੇ ਨੇ ਇਹਦੇ ਵਿੱਚ ਕੋਈ ਦਮ ਨਹੀਂ ਹੈ, ਇਹ ਕੋਈ ਏਡਾ ਵੱਡਾ ਘਪਲਾ ਨਹੀਂ ਹੈਗਾ, ਛੋਟੀ ਜਿਹੀ ਰਕਮ ਹੈ। ਉਹ ਲੋਕ ਲੱਖਾਂ ਦੀ ਰਕਮ ਨੂੰ ਕਰਪਸ਼ਨ ਨਹੀਂ ਸਮਝਦੇ, ਲੋਕਾਂ ਦੇ ਦਿੱਤੇ ਟੈਕਸ ਨੂੰ ਉਹ ਸਮਝਦੇ ਨੇ ਇਹ ਟਿਪ ਹੈ ਸਾਡੇ ਵਾਸਤੇ ਜਿਹੜਾ ਇੱਕ ਵੇਟਰ ਲੈ ਲੈਂਦਾ ਹੋਟਲ ਦੇ ਵਿੱਚ। ਕਈ ਇਹਨਾਂ ਦੇ ਮਹਿਤੀ ਇਹ ਵੀ ਕਹਿੰਦੇ ਹਨ ਕਿ ਸਿੱਧੂ ਲੱਖਾਂ ਦਾ ਘਪਲਾ ਨਹੀਂ ਕਰ ਸਕਦਾ ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਉੱਤੇ ਪੱਟੀ ਬੰਨੀ ਹੋਈ ਆ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਭਰੋਸਾ ਰੱਖੋ, ਅਗਲੇ ਹਫ਼ਤੇ ਮੈਂ ਇਹਦਾ ਕਰੋੜਾਂ ਰੁਪਈਆਂ ਦਾ ਘਪਲਾ ਕੱਢ ਕੇ ਇਹਦੀ ਪੈਸੇ ਦੀ ਭੁੱਖ ਦੱਸੂੰਗਾ ਲੋਕਾਂ ਨੂੰ। ਉਸ ਤੋਂ ਬਾਅਦ ਤਿਆਰ ਰਹੋ, ਮੈਂ ਇਹਦਾ ਹਜ਼ਾਰਾਂ 'ਚ ਵੀ ਘਪਲਾ ਕੱਢ ਕੇ ਇਹਦੀ ਔਕਾਤ ਦੱਸਣੀ ਆ ਲੋਕਾਂ ਨੂੰ, ਜਿਹੜਾ ਪੈਸਾ ਇਹਨਾਂ ਲੋਕਾਂ ਦੇ ਦਿੱਤੇ ਟੈਕਸ ਦਾ ਖਾਧਾ ਹੋਇਆ। ਔਰ ਇਹਦੇ ਬਦਲੇ ਪਰਮਾਤਮਾ ਇਹਨਾਂ ਨੂੰ ਕਦੀ ਮਾਫ਼ ਨਹੀਂ ਕਰੂਗਾ, ਕਿਤੇ ਨਾ ਕਿਤੇ ਇਹਨਾਂ ਨੂੰ ਸਜ਼ਾ ਜ਼ਰੂਰ ਦਊਗਾ। ਮੈਂ ਤੈਨੂੰ ਕਹਿਣਾ ਚਾਹੁੰਦਾ ਨਵਜੋਤ ਸਿੰਘ ਸਿੱਧੂ ਜੋੜੀ ਨੂੰ ਕਿ ਰੱਬ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ। ਜਿਹੜਾ ਤੁਸੀਂ ਲੋਕਾਂ ਦਾ ਪੈਸਾ ਖਾ ਰਹੇ ਹੋ, ਤੁਹਾਡੀ ਮੱਤ ਵੱਜ ਚੁੱਕੀ ਆ ਕਿ ਇਹ ਮੈਨੂੰ ਡੀਫੇਮ ਕਰਦਾ ਰਹਿੰਦਾ ਔਰ ਸੁਰਖੀਆਂ ਦੇ ਵਿੱਚ ਰਹਿਣਾ ਚਾਹੁੰਦਾ। ਮੈਂ ਤੈਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਮੈਨੂੰ ਸੁਰਖੀਆਂ 'ਚ ਰਹਿਣ ਦੀ ਗੱਲ ਕਹਿਣ ਵਾਲਾ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਕੇ ਵੇਖ। ਮੈਂ ਤੇ ਗੱਲਾਂ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਕਰਦਾ। ਤੇਰੇ ਵਾਂਗੂ ਵਾਜ ਮੈਂ ਟੱਟੂ ਭਜਾ ਕੇ ਜਿਹੜਾ ਆਪਣਾ ਉਹ ਫੇਮ ਹਾਸਲ ਨਹੀਂ ਕਰਦਾ, ਤੇਰੇ ਵਾਂਗੂ ਲੋਕਾਂ ਨੂੰ ਸ਼ਦਾਈ ਨਹੀਂ ਬਣਾਉਂਦਾ। ਮੇਰਾ ਮਕਸਦ ਤੈਨੂੰ ਡੀਫੇਮ ਕਰਨਾ ਨਹੀਂ ਹੈ, ਮੇਰਾ ਮਕਸਦ ਤੇਰਾ ਅਸਲੀ ਚਿਹਰਾ ਦੁਨੀਆ ਦੇ ਸਾਹਮਣੇ ਨੰਗਾ ਕਰਨਾ। ਮੈਂ ਤੈਨੂੰ ਪੁੱਛਣਾ ਚਾਹੁੰਦਾ ਤੂੰ ਫਾਸਟ ਵੇ ਦੇ ਖਿਲਾਫ ਕਿਉਂ ਬੋਲਣਾ ਬੰਦ ਕਰ ਦਿੱਤਾ? ਮੇਰੇ ਤੋਂ ਪੁੱਛ, ਤੇਰੀ ਘਰਵਾਲੀ ਨੇ ਉਹਨਾਂ ਤੋਂ ਪੈਸੇ ਲੈ ਲਏ, ਤੇਰੀ ਸੈਟਿੰਗ ਹੋ ਗਈ ਉਹਨਾਂ ਦੇ ਨਾਲ, ਔਰ ਤੂੰ ਅੱਗੋਂ ਬਹਾਨਾ ਬਣਾ ਦਿੱਤਾ ਕਿ ਮਹਾਰਾਜਾ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਕਰਦਾ। ਵਿਕਰਮ ਬਾਰੇ ਤੂੰ ਬੜਾ ਬੋਲਦਾ ਸੀਗਾ ਕਿ ਉਹਨੇ ਨਸ਼ਾ ਫੈਲਾਇਆ ਪੰਜਾਬ ਦੇ ਵਿੱਚ, ਹੁਣ ਕਿਉਂ ਬੰਦ ਕਰ ਦਿੱਤਾ ਤੂੰ ਉਹਦੇ ਬਾਰੇ? ਨਸ਼ੇ ਬਾਰੇ ਬੋਲਣਾ ਕਿਉਂ ਵਿਕਰਮ ਨੇ ਬੰਦ ਕਰ ਦਿੱਤਾ? ਕਿਉਂਕਿ ਤੈਨੂੰ ਇਹ ਪਤਾ ਲੱਗ ਗਿਆ ਕਿ ਇਹ ਅੱਗ ਤੇਰੇ ਘਰ ਤੱਕ ਵੀ ਆ ਸਕਦੀ ਆ, ਕਿਉਂਕਿ ਤੇਰੇ ਇੱਕ ਪੀਏ ਦੀ ਮੌਤ, ਤੇਰੀ ਕੋਠੀ ਦੇ ਵਿੱਚ ਨਸ਼ਾ ਲੱਗਣਾ ਹੋ ਚੁੱਕੀ ਆ। ਇਹਦੀ ਜਾਂਚ ਕਿਉਂ ਨਹੀਂ ਕਰਾਈ ਅੱਜ ਤੱਕ ਤੂੰ? ਉਸ ਪਰਿਵਾਰ, ਗਰੀਬ ਪਰਿਵਾਰ ਨੇ ਤੇਰੇ ਤੋਂ ਡਰਦਿਆਂ ਆਵਾਜ਼ ਨਹੀਂ ਚੁੱਕੀ। ਗੱਲਾਂ ਤੂੰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀਆਂ ਕਰਦਾ, ਤੈਨੂੰ ਮੇਰਾ ਚੈਲੰਜ ਹੈ ਦੂਜੇ ਆਪਣੇ ਪੀਏ ਦਾ ਕਿਤੇ ਡੋਪ ਟੈਸਟ ਕਰਾ ਲਾ, ਡੋਪ ਟੈਸਟ ਆਪਣੇ ਪੀਏ ਦਾ ਕਰਾ ਲਾ। ਸਾਰੇ ਪੰਜਾਬ ਨੂੰ ਪਤਾ ਲੱਗ ਜੂਗਾ ਕਿ ਤੂੰ ਪੰਜਾਬ ਨੂੰ ਨਸ਼ਾ ਮੁਕਤ ਕਰਨ 'ਚ ਕਿੰਨਾ ਕੁ ਗੰਭੀਰ ਹੈ। ਤੇਰੇ ਤੇ ਵਿਕਰਮ 'ਚ ਫਰਕ ਹੀ ਲੱਭਾ ਪੰਜਾਬ ਨੂੰ ਕਿ ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਗੇ ਲਿੱਦ ਚੁੱਕਣੀ ਪਈ। ਤੂੰ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਮੈਂ ਚੋਰਾਂ ਨੂੰ ਅੰਦਰ ਕਰੂੰਗਾ, ਕਿਹੜਾ ਚੋਰ ਆ? ਤੂੰ ਲੋਕਾਂ ਨੂੰ ਲਾਰੇ ਲਾਏ ਸੀਗੇ ਕਿ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਮੈਂ ਅੰਦਰ ਕਰਨਾ। ਗਲਤੀ ਤੇਰੀ ਨਹੀਂ ਹੈ, ਗਲਤੀ ਤੇਰੀ ਨਹੀਂ ਕਿ ਤੂੰ ਲੋਕੋ ਕੋ ਧੋਖਾ ਦੀਆ, ਗਲਤੀ ਲੋਕੋ ਕੀ ਹੈ ਜਿਨ੍ਹਾਂ ਨੇ ਤੁਮੇ ਮੌਕਾ ਦੀਆ। ਲੋਕਾਂ ਬਾਰੇ, ਲੋਕਾਂ ਦੇ ਵਿੱਚ ਹੋਰ ਮਹਿਕਮਿਆਂ ਬਾਰੇ ਬੜੀਆਂ ਗੱਲਾਂ ਕਰਦਾ, ਮੇਰੇ ਕੋਲ ਪੁਲਿਸ ਮਹਿਕਮਾ ਹੋਵੇ, ਮੇਰੇ ਕੋਲ ਰੇਤ ਮਹਿਕਮਾ ਹੋਵੇ ਤੇ ਮੈਂ ਪੁੱਠੇ ਟੰਗ ਦੂੰਗਾ। ਤੇਰੇ ਮਹਿਕਮੇ 'ਚ ਪਿਛਲੇ 5 ਸਾਲਾਂ 'ਚ ਤੇਰੀ ਘਰਵਾਲੀ ਨੇ ਇੰਨੀ ਕਰਪਸ਼ਨ ਫੈਲਾ ਛੱਡੀ, ਤੂੰ ਉਹਦਾ ਕੀ ਕੀਤਾ? ਪਹਿਲਾਂ ਆਪਣੇ ਦੁਆਲੇ ਵਾਲੇ ਲੋਕ ਤੇ ਪੁੱਠੇ ਟੰਗ ਲਾ, ਫਿਰ ਉਹ ਨਾ ਹੋਰ ਮਹਿਕਮਿਆਂ ਵੱਲ ਧਿਆਨ ਦੇਵੀਂ, ਫਿਰ ਪੰਜਾਬ ਦੀ ਜਿਹੜੀ ਜ਼ਿੰਮੇਵਾਰੀ ਤੈਨੂੰ ਮਿਲੀ ਪਹਿਲਾਂ ਉਹ ਤੇ ਨਿਭਾਲਾ। ਕਈ ਵਾਰੀ ਲੋਕ ਮੇਰੇ ਬਾਰੇ ਵੀ ਲਿਖ ਦਿੰਦੇ ਆ ਕਿ ਇਹਦੇ ਹਮਾਇਤੀ ਲਿਖ ਦਿੰਦੇ ਆ, ਸ਼ੌਹਰਤ ਦਾ ਭੁੱਖਾ। ਤੁਸੀਂ ਕਦੇ ਸੋਚਿਆ ਕਿ ਮੈਂ ਉਹਨਾਂ ਤਾਕਤਵਰ ਲੋਕਾਂ ਦੇ ਖਿਲਾਫ ਬੋਲਦਾ ਜਿਨ੍ਹਾਂ ਦੇ ਖਿਲਾਫ ਸਭ ਜਾਣਦੇ ਹੋਏ ਵੀ ਕੋਈ ਨਹੀਂ ਬੋਲਦਾ, ਔਰ ਜੇ ਕੋਈ ਬੋਲਦਾ ਤੇ ਉਹ ਲੋਕ ਬੋਲਦੇ ਆ ਜਿਨ੍ਹਾਂ ਕੋਲ ਕਿਸੇ ਨਾ ਕਿਸੇ ਪਾਰਟੀ ਦਾ ਪਲੇਟਫਾਰਮ ਹੈ ਉਹਨਾਂ ਦੇ ਪਿੱਛੇ ਖੜਨ ਲਈ। ਮੈਂ ਬਿਨਾਂ ਕਿਸੇ ਪਲੇਟਫਾਰਮ ਤੋਂ ਇੰਨਾ ਰਿਸਕ ਲੈ ਕੇ ਲੱਗਾ ਰਹਿੰਦਾ ਇਹਨਾਂ ਲੋਕਾਂ ਦੇ ਖਿਲਾਫ ਕਿ ਲੋਕਾਂ ਨੂੰ ਸੁਚੇਤ ਕਰਦਾ ਰਹਿੰਦਾ।